ਅਸਲਾਮ ਵਾਲੇਕਮ ਯੂਟਿਊਬ ਦੀ ਦੁਨੀਆ ਦੋਸਤੋ, ਕੀ ਹਾਲ ਨੇ? ਮੈਂ ਹਕੀਮ ਮੁਹੰਮਦ ਜਾਦ ਅਲੀ ਔਰ ਤੁਸੀਂ ਦੇਖ ਰਹੇ ਹੋ ਮੇਰਾ ਯੂਟਿਊਬ ਚੈਨਲ। ਵਰਕਆਊਟ ਹੋਣ ਤੋਂ ਥੋੜ੍ਹਾ ਜਿਹਾ ਪਿੱਛੇ ਅਤੇ ਨਵਾਸੀ ਟੀਚਿੰਗ ਹੋਸਪਿਟਲ ਤੋਂ ਅੱਗੇ ਇਹ ਛੋਟੀ ਜਿਹੀ ਬੋਲੀ ਔਰ ਉੱਥੇ ਕੰਮ ਜਿਹੜਾ ਹੋ ਰਿਹਾ ਕੱਲ੍ਹ ਦਿਖਾਇਆ ਸੀ ਔਰ ਸੜਕ ਦੀ ਸੂਰਤ ਹਾਲ ਤੁਹਾਡੇ ਸਾਹਮਣੇ ਵੇਖਣਾ ਕੀ ਹਾਲ ਸੜਕ ਦਾ। ਅਤੇ ਜਿਹੜੇ ਨਵੇਂ ਸਫਲ ਤਿਆਰ ਹੋ ਚੁੱਕੀ ਮਾਮੇ ਕਲੋਨੀ ਦੇ, ਫਿਰ ਉੱਥੇ ਵੀ ਤੁਸੀਂ ਚੈੱਕ ਰਿਹਾ ਜੀ ਕਿ ਬਾਈਕ ਦਾ ਕਿੰਨਾ ਕੁ ਝਟਕਾ ਮਹਿਸੂਸ ਹੁੰਦਾ ਵੇ। ਅਤੇ ਇਹ ਕੱਲ੍ਹ ਇੱਥੇ ਸ਼ੁਰੂ ਕੀਤਾ ਸੀ ਕੰਮ, ਪੱਤਰੀ ਲਾ ਰਹੇ ਸਨ ਅਤੇ ਪੱਤਰੀ ਲੱਗ ਗਈ ਅਤੇ ਅੱਜ ਰਿਪੇਅਰਿੰਗ ਵਗੈਰਾ ਮੁਕੰਮਲ ਕਰਦੇ ਪਏ ਨੇ। ਅਤੇ ਮੈਂ ਕਿਹਾ ਚਲੋ ਦੋਸਤਾਂ ਨੂੰ ਅੱਜ ਅਪਡੇਟ ਦਿਆਂ। ਇੱਥੇ ਦੋਸਤ ਅੱਗੇ ਛੋਟੀ ਜਿਹੀ ਗੁਜ਼ਾਰਿਸ਼ ਵੀ ਕਰਦਾ ਚੱਲਾਂਗਾ, ਜਿਹੜੇ ਦੋਸਤ ਚੈਨਲ 'ਤੇ ਨਵੇਂ ਨੇ ਚੈਨਲ ਨੂੰ ਲਾਈਕ ਵੀ ਕਰ ਲਓ ਅਤੇ ਸਬਸਕ੍ਰਾਈਬ ਵੀ ਕਰਕੇ ਅਤੇ ਵੀਡੀਓ ਨੂੰ ਦੋਸਤ ਅੱਗੇ ਨਾਲ ਸ਼ੇਅਰ ਵੀ ਕਰਿਆ ਜੇ ਔਰ ਅੱਛਾ ਜਿਹਾ ਕਮੈਂਟ ਵੀ ਕਰ ਦਿਆ ਜੇ। ਮਾਮੀਆ ਕਲੋਨੀ ਫਲਾਈਓਵਰ ਥੋੜ੍ਹਾ ਜਿਹਾ ਪਿੱਛੇ ਬਰਕਟ ਹੋਣ ਤੋਂ ਨਵਾਜ਼ ਸ਼ਰੀਫ ਟੀਚਿੰਗ ਹੋਸਪਿਟਲ ਹੈ ਤਕਰੀਬਨ ਹੈ ਕੋ ਅੱਧਾ ਕਿਲੋਮੀਟਰ ਦੀ ਆਪਾਂ ਅੱਧੇ ਤੋਂ ਘੱਟ ਕਿਲੋਮੀਟਰ ਸਫ਼ਰ ਹੈ ਜਿਹੜੀ ਹੈ ਰਿਪੇਅਰਿੰਗ ਸ਼ੁਰੂ ਹੋਈ ਹੈ। ਲੇਕਿਨ ਸੜਕ ਦੀ ਅਸਫਾਲਟ ਜਿਹੜੀ ਅਲੱਗ ਹੈ, ਮੇਨ ਜੀ ਟੀ ਰੋਡ ਹੈ ਗੁਜਰਾਂਵਾਲਾ, ਸਿਆਲਕੋਟ, ਡਸਕਾ, ਮੁਲਤਾਨ ਮਰੀ, ਇਸਲਾਮਾਬਾਦ, ਪਿੰਡੀ, ਇਹ ਮੇਨ ਜੀ ਟੀ ਰੋਡ ਜਨਾਬ ਹੈ। ਜਿਹੜਾ ਦੂਜੀ ਸਾਈਡ ਵਾਪਸੀ ਆ ਗਏ ਹਾਂ, ਹੁਣ ਇਹ ਤੁਹਾਨੂੰ ਵਾਪਸੀ ਦਿਖਾ ਰਹੇ ਹਾਂ ਜਿੰਨਾ ਵੀ ਵਾਲੀ ਆ ਜਿਹੜੀ ਕੱਲ੍ਹ ਪੱਤਰੀ ਲੱਗੀ ਹੈ ਔਰ ਇਹਦੇ 'ਤੇ ਰਿਫੈਕਟਰ ਵੀ ਲੱਗ ਚੁੱਕੇ ਨੇ ਔਰ ਉਹ ਅੱਗੇ ਵਰਕਰ ਕੰਮ ਵੀ ਕਰ ਰਹੇ ਨੇ। ਅਤੇ ਉੱਥੇ ਵੀ ਚੱਲ ਕੇ ਥੋੜ੍ਹਾ ਜਿਹਾ ਸੁਰਤਿਆਂ ਦਿਖਾਉਂਦੇ ਤੁਹਾਨੂੰ, ਮੈਨੂੰ ਡੱਕਿਆ ਨੇ ਇੱਕ ਵਾਰੀ ਕਹਿੰਦੇ ਵੀ ਗੱਲ ਸੁਣੋ, ਡਰ ਗਏ ਨੇ ਵਿਚਾਰੇ, ਪਤਾ ਨਹੀਂ ਕੋਈ ਟੀਮ ਦਾ ਬੰਦਾ ਤਾਂ ਨਹੀਂ ਆਇਆ ਕਿ ਕੋਈ ਸਾਡੀ ਉਹ ਵੀਡੀਓ ਬਣਾ ਰਿਹਾ, ਕੋਈ ਕਿਸੇ ਕਿਲਿਆ ਨਾ ਹੋਵੇ। ਸੜਕ ਦੇ ਸੁਰਤਿਆਂ ਤੁਸੀਂ ਵੇਖ ਰਹੇ ਹੋ ਤੁਹਾਡੇ ਸਾਹਮਣੇ ਹੀ ਹੈ। ਇਹ ਜਿਹੜਾ ਜੰਗਲਾਂ ਲੱਗਣਾ ਵਿਚਕਾਰ, ਇਹ ਕਾਫੀ ਜਗ੍ਹਾ ਤੋਂ ਡੈਮੇਜ ਹੋ ਚੁੱਕਿਆ ਸੀ ਔਰ ਕਾਫੀ ਜਗ੍ਹਾ ਤੋਂ ਚੋਰਾਂ ਨੇ ਜਾਂ ਨਸ਼ਈਆਂ ਨੇ ਤਾਰ ਲਿਆ ਸੀ ਅਤੇ ਉਹ ਉਹਨੂੰ ਰਿਪੇਅਰ ਕਰਦੇ ਪਏ ਨੇ। ਅਤੇ ਇਨਸ਼ਾਅੱਲਾ ਉਮੀਦ ਹੈ ਕਿ ਅੱਜ ਦੇ ਦਿਨ ਤੱਕ ਇਹ ਕੰਪਲੀਟ ਹੋ ਜਾਏਗਾ। ਇਹਦੇ ਨਾਲ ਅਸੀਂ ਮਾਮੇ ਕਲੋਨੀ ਫਲਾਈਓਵਰ ਦੇ ਜਿਹੜਾ ਥਰਡ ਹਿੱਸਾ ਉਹਦਾ ਵੀ ਵਿਜ਼ਿਟ ਕਰਾਂਗੇ। ਆ ਸੜਕ ਦੀ ਸੂਰਤ ਹਾਲ ਵੇਖਦੇ ਪਏ ਸਰ ਤੁਸੀਂ, ਇਹਨੇ ਰਿਪੇਅਰ ਹੋਣਾ, ਅੱਲਾ ਜੀ ਉਹਨੂੰ ਕਦੋਂ ਕਰਦੇ ਨੇ ਯਾਰ। ਬੜਾ ਨੁਕਸਾਨ ਗੱਡੀਆਂ ਦਾ ਵੀ ਇਹਦੇ ਨਾਲ, ਗੱਡੀਆਂ ਸ਼ਾਖਾ ਦਾ, ਗੱਡੀਆਂ ਦੇ ਸਪੇਅਰ ਪਾਰਟਸ ਦਾ ਬੜਾ ਨੁਕਸਾਨ ਹੁੰਦਾ ਵੇ। ਅਜੇ ਤਾਂ ਕੈਮਰੇ ਦੇ ਵਿੱਚ ਇੰਨਾ ਖਾਸ ਇੰਨਾ ਰਿਜ਼ਲਟ ਨਹੀਂ ਲੱਗ ਰਿਹਾ, ਲੇਕਿਨ ਅਗਰ ਤੁਸੀਂ ਇਹਨੂੰ ਲਾਈਵ ਆ ਕੇ ਵੇਖੋਗੇ ਤਾਂ ਸਰ ਤੁਸੀਂ ਖੁਦ ਕਹੋਗੇ ਯਾਰ ਵਾਕਈ ਵੀ ਇਹ ਬੜਾ ਡੈਂਜਰਸ ਰੋਡ ਬਣ ਚੁੱਕਿਆ। ਇੱਥੇ ਤਾਂ ਜਨਾਬ ਜਿਹਦੇ ਬੰਦੇ ਦੇ ਗੁਰਦੇ 'ਤੇ ਪੱਥਰੀ ਹੈ ਨਾ, ਉਹਨੂੰ ਇੱਕ ਵਾਰੀ ਲੈ ਜਦੋਂ ਬੰਦੇ 'ਤੇ ਪੱਥਰੀ ਨਿਕਲ ਜਾਂਦੀ ਹੈ। ਟੁੱਟ ਭੱਜ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਅਸੀਂ ਆ ਗਏ ਜਨਾਬ ਵਾਲੇ ਮਾਮੇ ਕਲੋਨੀ ਫਲਾਈਓਵਰ ਦੇ ਰੈਂਪ ਤੋਂ ਅਗਲੀ ਸਾਈਡ 'ਤੇ, ਇਹ ਪਹਿਲਾਂ ਯੂ ਟਰਨ ਔਰ ਫਿਰ ਟਰੱਕ ਵਗੈਰਾ ਖਲੋਤੇ ਨੇ। ਅਲਹਮਦੁਲਿਲਾ ਕਾਰੋਬਾਰ ਜਿਹੜੇ ਮਰਕਜ਼ ਸਮਝੋ ਕਿ ਵਰਕਸ਼ਾਪਾਂ ਖੁੱਲ੍ਹ ਚੁੱਕੀਆਂ ਨੇ ਅਲਹਮਦੁਲਿਲਾ ਔਰ ਕੰਮ ਦੁਬਾਰਾ ਰੂਟੀਨ ਵਿੱਚ ਸ਼ੁਰੂ ਹੋ ਚੱਲਿਆ ਹੈ। ਅਤੇ ਇਹ ਮਾਮੇ ਕਲੋਨੀ ਫਲਾਈਓਵਰ ਦਾ ਜਿਹੜਾ ਬਿਲਕੁਲ ਥੱਲਿਆ ਹਿੱਸਾ, ਇਹਦੇ ਟਫ ਟਾਇਲ ਜਾਂ ਇਹਦੇ 'ਤੇ ਕੋਈ ਗਾਰਡਨ ਟਾਈਪ ਕੋਈ ਕਾਰ ਖੂਹ ਲੱਗੇਗਾ ਕੀ ਬਣੇਗਾ ਇਹ ਵਕਤ ਦੱਸੇਗਾ। ਜੇ ਫਿਲਹਾਲ ਕਿਸੇ ਕਿਸਮ ਦਾ ਕੋਈ ਇਹਦੇ 'ਤੇ ਕਮੈਂਟ ਜਾਂ ਸਰਵੇ ਨਹੀਂ ਹੈ। ਅਤੇ ਆ ਥੋੜ੍ਹਾ ਜਿਹਾ ਟੋਟਾ ਛੱਡਿਆ ਅੰਦਰ ਗੱਡੀਆਂ ਖੜੀਆਂ ਕਰਨ ਵਾਸਤੇ ਜਾਂ ਅੰਦਰ ਰਕਸ਼ੇ ਵਗੈਰਾ ਸਟੈਂਡ ਵਾਸਤੇ, ਜੋ ਵੀ ਸਟੈਂਡ ਕਹਿ ਲਓ, ਜੋ ਵੀ ਇਹਨੂੰ ਕਹਿ ਸਕਦੇ ਕਹਿ ਲਵੋ। ਅਤੇ ਇਹ ਜਨਾਬ ਵਾਲਿਆ ਆ ਗਏ ਸੀ ਸੈਕਿੰਡ ਯੂਟਰਨ, ਇੱਥੇ ਵੇਖ ਲਓ ਵੀ ਇਸ ਰੋਡ 'ਤੇ ਅਤੇ ਉਸ ਰੋਡ 'ਤੇ ਬਾਈਕ 'ਤੇ ਰੋਲਾ ਜਾਂ ਝਟਕਾ ਕਿੰਨੇ ਲੱਗਦੇ ਸਨ ਉਹ ਤੁਸੀਂ ਵੇਖ ਰਹੇ ਹੋ। ਇੱਥੇ ਕੋਈ ਕਿਸੇ ਕਿਸਮ ਦਾ ਵੀ ਕੋਈ ਉਹ ਨਹੀਂ ਹੈਗਾ, ਵਾਈਬ੍ਰੇਟ ਨਹੀਂ ਹੋ ਰਿਹਾ ਗੱਡੀ ਨੂੰ, ਜਦਕਿ ਜਿਹੜਾ ਬਰਕਟ ਹੋਣ ਤੋਂ ਛਤਰੇ ਮੋੜ ਤੱਕ ਜਿਹੜਾ ਟੁੱਟਾ ਹੈ ਨਾ ਜਨਾਬ ਵਾਲੀ, ਇੱਥੇ ਸੜਕ ਬੜੀ ਟੁੱਟੀ ਭੱਜੀ ਹੈ। ਅਤੇ ਇੱਥੇ ਤਾਂ ਉਹ ਹਾਲ ਜਿਵੇਂ
ਹੁਣ ਮੈਂ ਛੱਡ ਦਿੰਦਾ ਕੀ ਕਿਸੇ ਦੀ ਮਿਸਾਲ ਦੇਣੀ ਬੰਦਿਆਂ ਪੈੜਿਆਂ ਦੀ। ਮਾਮੇ ਕੋਲ ਨਹੀਂ ਇਹ ਜਿੱਦਾਂ ਰਿਕਸ਼ਾ ਇੱਥੋਂ ਲੈ ਕੇ ਅਤੇ ਫਾਟਕ ਤੋਂ ਅਗਲੀ ਸਾਈਡ ਤੱਕ ਜਿੰਨਾ ਵਾਲੀ ਡਰੈਨ ਵਰਕ ਬਾਕੀ ਹੈ। ਕੱਲ੍ਹ ਦੀ ਵੀਡੀਓ 'ਚ ਮੈਂ ਦੱਸਿਆ ਸੀ, ਮੇਰਾ ਖਿਆਲ ਕੱਲ੍ਹ ਵਾਲੀ ਜਾਂ ਪਰਸੋਂ ਵਾਲੀ ਵੀਡੀਓ 'ਚ ਦੱਸਿਆ ਸੀ ਕਿ ਆਹ ਟੋਟਾ ਡਰੇਨ ਵਰਕ ਦਾ ਰਹਿ ਗਿਆ ਜਿਹਨੇ ਕਿ ਨਾਲੇ ਦਾ, ਅਤੇ ਬਾਕੀ ਅੱਲਾ ਕੀਤਾ ਤਾਂ ਅਗਲਾ ਨਾਲਾ ਅਗਲਾ ਹਿੱਸੇ ਦੇ ਨਾਲਾ ਕੰਪਲੀਟ ਹੈ। ਫਾਟਕ ਕ੍ਰਾਸ ਕੀਤਾ ਅਤੇ ਫਾਟਕ ਕ੍ਰਾਸ ਕਰਦੇ ਨਾਲ ਹੀ ਹੈ ਤੁਹਾਡਾ ਯੂਟਰਨ ਆ ਗਿਆ ਇੱਕ, ਇਹ ਜਿਹੜਾ ਗੁਜਰਾਂ ਵਾਲੀ ਦਵਾਈ ਦਾ ਪਹਿਲਾ ਯੂਟਰਨ ਅਤੇ ਛਤਰੇ ਵੱਲੋਂ ਆਖਰੀ ਯੂਟਰਨ। ਇਹ ਟੋਟਾ ਵਿੱਚ ਪਤਾ ਨਹੀਂ ਤੋੜ ਬੰਨ ਕਿਉਂ ਕੀਤੀ ਜਾਣੇ। ਅਤੇ ਰਹੀ ਗੱਲ ਵਾਪਸੀ ਵਾਲੀ, ਟ੍ਰੈਫਿਕ ਵਾਪਸੀ ਉਸੇ ਤਰ੍ਹਾਂ ਹੀ ਆ ਰਹੀ ਹੈ, ਅੱਜ ਥੋੜ੍ਹਾ ਜਿਹਾ ਰਸ਼ ਘੱਟ ਹੈਗਾ ਇੱਧਰੋਂ ਰਿਕਸ਼ਿਆਂ ਰੁਖਿਆਂ ਵਾਲਾ, ਗੱਡੀਆਂ ਦਾ ਵੀ ਨਹੀਂ ਹੈਗਾ, ਮਤਲਬ ਕਿ ਅੱਜ ਥੋੜ੍ਹਾ ਜਿਹਾ ਟ੍ਰੈਫਿਕ ਇੱਧਰੋਂ ਘੱਟ ਆ ਤਾਂ ਰਹੀ ਹੈ, ਲੇਕਿਨ ਆਹ ਜ਼ਰੂਰ ਰਹੀ ਹੈ। ਅਤੇ ਇੱਥੇ ਹੁਣ ਮੇਰੇ ਕੋਲ ਗੱਲਾਂ ਮੁੱਕ ਗਈਆਂ, ਮੈਨੂੰ ਨਹੀਂ ਸਮਝ ਲੱਗ ਗਈ ਮੈਂ ਤੁਹਾਡੇ ਕੀ ਗੱਲਾਂ ਕਰਨੀਆਂ ਅਤੇ ਕਿਹੜੀ ਛੱਡਣੀ ਹੈ। ਪਰ ਕੈਬ ਤੁਸੀਂ ਵੀਰ ਹੋ, ਮੇਰੇ ਭਰਾ ਹੋ, ਵੀਡੀਓ ਨੂੰ ਲਾਇਕ ਵੀ ਕਰਦੇ ਹੋ, ਤੁਹਾਡੀਆਂ ਮਦਦਾਂ ਨੇ, ਸ਼ੁਕਰੀਆ ਤੁਹਾਡੀਆਂ ਮਦਦਾਂ ਦਾ। ਔਰ ਇੱਥੇ ਤੁਹਾਡੇ ਵੀਰ ਕੋਲ ਮੈਂ ਇਜਾਜ਼ਤ ਚਾਹਾਂਗਾ ਅਗਲੀ ਵੀਡੀਓ ਤੀਕਰ। ਅਗਲੀ ਵੀਡੀਓ ਤੱਕ ਅੱਲਾ ਨਬੀ ਵਾਰਸ, ਅੱਲਾ ਬੇਲੀ, ਤਾਜਦਾਰੇ, ਖਤਮ ਨਬੂਵਤ, ਜ਼ਿੰਦਾਬਾਦ, ਜ਼ਿੰਦਾਬਾਦ। ਕੋਈ ਗੁਲ ਬਾਕੀ ਰਹੇਗਾ ਨਾ ਚਮਨ ਰਹਿ ਜਾਏਗਾ, ਪਰ ਰਸੂਲੁੱਲਾਹ ਕਾ ਦੀਨ ਹਸਨ ਰਹੇ।